ਉਹ ਸੀ ਦਿਲ ਸਾਡੇ ਦੀ ਧੜਕਣ, ਸਾਹਾਂ ਤੋਂ ਬਦ ਪਿਆਰਾ, ਉਹ ਸੀ ਪੂਰਾ ਚੰਨ ਪੁੰਨਿਆਂ ਦਾ ਅਤੇ ਜਾਂ ਸਰਗੀ ਦਾ ਤਾਰਾ, ਚੜ੍ਹਦੇ ਸੂਰਜ ਵਾਂਗ ਸੀ ਉਸਦਾ ਰੰਗ ਕਿਰਮਚੀ ਸੂਹਾ, ਉਹ ਹੱਸਦਾ ਤਾਂ ਖੁੱਲਿਆ ਜਾਪੇ ਚਾਨਣ ਦਾ ਕੋਈ ਬੂਹਾ, ਉਸਦਾ ਚੇਤਾ ਨਿੱਘਾ ਪਿਆਰਾ, ਸੋਚ ਮਾਖਿਓਂ ਮਿੱਠੀ, ਉਹਦੀ ਸੀਰਤ ਵਰਗੀ ਸੀਰਤ ਮੈਂ ਕਿਧਰੇ ਨਹੀਂ ਡਿੱਠੀ, ਕੁੱਲ ਦੁਨੀਆ ਦੇ ਨਾਲੋਂ ਜਾਪੇ ਉਸਦਾ ਸਾਥ ਚੰਗੇਰਾ, ਇਸੇ ਲਈ ਤੇ ਹਰ ਕੋਈ ਆਖੇ ਮੈਂ ਉਸਦਾ ਉਹ ਮੇਰਾ। ਸਰਬੰਗੀ ਸ਼ਖਸੀਅਤ ਦੇ ਮਾਲਕ ਸਤਿਗੁਰੂ ਜਗਜੀਤ ਸਿੰਘ ਜੀ, ਜਿਨ੍ਹਾਂ ਦੀ ਨਦਰੇ ਅਨਾਇਤ ਕੁਮਲਾਈਆਂ ਰੂਹਾਂ 'ਚ ਜਿੰਦ ਫੂਕ ਦਿੰਦੀ, ਜਿਨ੍ਹਾਂ ਦੇ ਰੂਹਾਨੀ ਦਰਸ਼ਨ ਮਜੂਸੀਆਂ ਨੂੰ ਭੱਜਣ ਲਈ ਮਜਬੂਰ ਕਰ ਦਿੰਦੇ, ਜਿਨ੍ਹਾਂ ਦੇ ਬੋਲ ਆਤਮਾ ਨੂੰ ਸਕੂਨ ਬਖਸ਼ਦੇ, ਜਿਨ੍ਹਾਂ ਦੀ ਰੱਬੀ ਸ਼ੋਅ ਦਾ ਹਰ ਕੋਈ ਤਲਬਗਾਰ ਹੁੰਦਾ, ਹਸਤ ਕਮਲਾਂ ਵਿੱਚ ਹਰ ਵਕਤ ਉਹਨਾਂ ਦੀ ਅਠੌਤਰੀ ਮਾਲਾ ਗਤੀਸ਼ੀਲ ਰਹਿੰਦੀ, ਉਸ ਕਾਦਰ ਅਤੇ ਉਸਦੀ ਕੁਦਰਤ ਦੇ ਬਲਿਹਾਰ ਜਾਣ ਵਾਲੇ ਸਤਿਗੁਰੂ ਜਗਜੀਤ ਸਿੰਘ ਜੀ ਕਲਗੜੀ ਦੇ ਕਿਆਮ ਦੌਰਾਨ ਹਜ਼ੂਰ ਦੇ ਚਰਨਾਂ ਦੇ ਭੌਰੇ ਸੱਜ ਸੁਪਿੰਦਰ ਸਿੰਘ ਮਿਓਤੇ ਹੋਰਾਂ ਹੱਥ ਜੋੜ ਬੜੀ ਆਜ਼ੀ ਨਾਲ ਅਰਜ਼ ਕੀਤੀ, ਮੇਰੇ ਪ੍ਰਭੂ, ਰੌਕੀ ਪਰਬਤਾਂ ਦੀਆਂ ਸੁਹਾਵਣੀਆਂ ਚੋਟੀਆਂ, ਨਿਰਮਲ ਜਲ ਦੇ ਕਲਕਲ ਵਰਗਦੇ ਦਰਿਆ, ਕੁਦਰਤੀ ਸੰਗੀਤ ਵਿੱਚ ਪਰੋਤੇ ਹੋਏ ਝਰਨੇ, ਅਸਮਾਨੀ ਰੰਗ ਵਿੱਚ ਰੰਗੀਆਂ ਹੋਈਆਂ ਝੀਲਾਂ ਦਾ ਆਨੰਦ, ਆਪ ਜੀ ਦੇ ਸੰਗ ਸਾਥ ਵਿੱਚ ਜੇ ਅਸੀਂ ਕੁਝ ਦਿਨ ਮਾਣ ਸਕੀਏ ਸਾਡੇ ਧੰਨ ਭਾਗ ਹੋਵਣਗੇ। ਹਜ਼ੂਰ ਮੁਸਕਰਾਏ, ਬਚਨ ਕੀਤਾ, ਜਸਪਿੰਦਰ ਸਿੰਘ ਜੀ ਸਾਡਾ ਤੇ ਮਨ ਤੁਸਾਂ ਤੇ ਤੁਹਾਡੇ ਪਰਿਵਾਰਾਂ ਨੂੰ ਮਿਲਣੇ ਮੋਚਦਾ, ਇਸ ਕਰਕੇ ਸੱਤ ਸਮੁੰਦਰੋਂ ਪਾਰ ਆ ਜਾਈਦਾ, ਤੁਹਾਡੀਆਂ ਮੁਹੱਬਤਾਂ ਪਿਆਰ ਖਿੱਚ ਲਿਆਉਂਦਾ ਏ, ਨਾਮ ਜਪਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਉਹਦੇ ਰੰਗ ਵਿੱਚ ਰੰਗੇ ਜਾਈਦਾ। 11 ਨਵੰਬਰ 1998 ਟੋਰਾਂਟੋ ਤੋਂ ਦੁਪਹਿਰ ਦੇ ਆਸ ਪਾਸ ਫਲਾਈਟ ਪੁੱਜ ਗਈ ਸੀ ਆਪਣੇ ਮਹਿਬੂਬ ਦੇ ਮਾਣ ਸਤਿਕਾਰ ਵਿੱਚ ਅਤੇ ਜਿਉਂ ਆਇਆ ਕਹਿਣ ਲਈ ਕੈਲਗਰੀ ਏਅਰਪੋਰਟ ਦਾ VIP ਲੌਜ ਰਾਖਵਾਂ ਕੀਤਾ ਗਿਆ ਅਤੇ VIP ਸ਼ਖਸੀਅਤਾਂ ਨੂੰ ਖੁਸ਼ ਆਮਦੀਦ ਕਹਿਣ ਅਤੇ ਸਵਾਗਤ ਕਰਨ ਵਾਲੇ ਏਅਰਪੋਰਟ ਸਟਾਫ ਨੂੰ ਜਹਾਜ਼ ਤੋਂ ਸਤਿਗੁਰੂ ਜੀ ਨੂੰ ਰਿਸੀਵ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਆਪਣੇ ਪਿਆਰੇ ਸਿੱਖ ਸੇਵਕਾਂ ਨਾਲ ਹਜ਼ੂਰ ਦਾ ਆਗਮਨ ਇਵੇਂ ਹੋਇਆ ਜਿਵੇਂ ਘਨਘੋਰ ਘਟਾਵਾਂ ਵਿੱਚੋਂ ਪੂਰਨਮਾਸ਼ੀ ਦਾ ਚੰਦਰਮਾ ਨਿਕਲ ਆਇਆ ਹੋਵੇ। ਸਭਨਾਂ ਨੂੰ ਚਾਅ ਚੜ੍ਹ ਗਿਆ, ਦਿਲਾਂ ਦੀਆਂ ਧੜਕਣਾਂ ਵੱਧ ਗਈਆਂ, ਮਨ ਆਖ ਰਿਹਾ ਸੀ ਕਿ ਆਏ ਹੋ ਸਾਡਾ ਤਨ ਮਨ ਮੋਲ ਲਿਆ, ਖੰਭ ਚਾਵਾਂ ਨੂੰ ਲੱਗੇ ਸੀਤ ਪੌਣ ਜਿਵੇਂ ਵਿੱਚ ਹਾੜਾਂ, ਕਿਤੇ ਆਣ ਪਹਾੜੋਂ ਬੱਗੇ ਜਾਂ ਫਿਰ ਮਾਘ ਪੋਹ ਦੀਆਂ ਰਾਤਾਂ, ਨਿੱਘੀਆਂ ਤੇਰੇ ਸਾਹੀਂ ਨਦਰ ਬੋਲ ਤੇਰੀ ਸ਼ੋਹ ਮਿਲ ਜਾਏ, ਸਾਨੂੰ ਰੱਬੀ ਰਹਿਮਤ ਲੱਗੇ। ਹਜ਼ੂਰ VIP ਲੌਜ ਵਿੱਚ ਕੁਰਸੀ 'ਤੇ ਸੁਸ਼ੋਭਿਤ ਹੋਏ ਸੁਰੇਸ਼ ਸ਼ਰਮਾ ਜੀ, ਸਰਨਜੀਤ ਸਿੰਘ ਜੀ ਬਾਜਵਾ, ਉਹਨਾਂ ਦੇ ਪਰਿਵਾਰਾਂ ਨੇ ਅਤੇ ਹੋਰ ਸਵਾਗਤਕਾਰੀਆਂ ਨੇ ਚਰਨ ਪਰਸ ਹਿਰਦੇ ਸ਼ਾਂਤ ਕੀਤੇ। ਪਾਤਸ਼ਾਹ ਜੀ, ਸੰਤ ਜਗਤਾਰ ਸਿੰਘ ਜੀ, ਸੰਤ ਅਵਤਾਰ ਸਿੰਘ ਜੀ ਅਤੇ ਜਸਪਿੰਦਰ ਸਿੰਘ ਹੋਣਾਂ ਨਾਲ ਅਗਲੇ ਪ੍ਰੋਗਰਾਮ 'ਤੇ ਵਿਚਾਰਾਂ ਕਰ ਰਹੇ ਹਨ। ਡੇਰੇ ਜਾਣ ਵਾਸਤੇ ਸਤਿਗੁਰੂ ਜੀ ਦੇ ਪਿਆਰੇ ਦੁਲਾਰੇ ਸਿੱਖ ਸੇਵਕਾਂ ਨੇ ਆਪਣੇ ਸਤਿਗੁਰੂ ਦੀ ਸ਼ਾਨ ਵਿੱਚ ਸਵਾਰੀ ਲਈ ਲਿਮੋਜ਼ੀਨ ਦਾ ਇੰਤਜ਼ਾਮ ਕੀਤਾ ਹੋਇਆ।
ਸਾਰੇ ਸੇਵਕ ਸੇਵਕਾਂ ਨਾਲ ਪਾਤਸ਼ਾਹ ਜੀ ਆਪਣੇ ਡੇਰੇ ਸਰ ਜਸਵਿੰਦਰ ਸਿੰਘ ਹੋਰਾਂ ਦੇ ਘਰ ਪਹੁੰਚੇ। ਡਰਾਇੰਗ ਰੂਮ ਵਿੱਚ ਸੋਫੇ 'ਤੇ ਬਿਰਾਜਮਾਨ ਹੋਏ ਅਤੇ ਸਭਨਾਂ ਨੇ ਚਰਨਾਂ 'ਤੇ ਨਮਸਕਾਰ ਕੀਤੀ। ਸਭਨਾਂ ਨੂੰ ਪ੍ਰਸ਼ਾਦ ਬਤਾਇਆ ਗਿਆ। ਹਜ਼ੂਰ ਦੇ ਚਰਨਾਂ ਦੇ ਭੌਰੇ ਅਤੇ ਜਸਵਿੰਦਰ ਸਿੰਘ ਹੋਰਾਂ ਦੇ ਨਿੱਘੇ ਸਾਥੀ ਬਿਪਨ ਸ਼ਰਮਾ ਜੀ ਨੇ ਘਰ ਚਰ ਪਾਉਣ ਦੀ ਬੇਨਤੀ ਕੀਤੀ। ਪਾਤਸ਼ਾਹ ਜੀ ਬਿਪਨ ਜੀ ਦੇ ਗ੍ਰਹਿ ਵਿਖੇ ਚਰਨ ਪਾ ਕੇ ਖੁਸ਼ੀਆਂ ਬਖਸ਼ੀਆਂ। ਪਾਤਸ਼ਾਹ ਜੀ ਸ਼੍ਰੀ ਸੁਰੇਸ਼ ਸ਼ਰਮਾ ਜੀ ਦੇ ਗ੍ਰਹਿ ਪਹੁੰਚੇ ਹਨ। ਸੁਰੇਸ਼ ਸ਼ਰਮਾ ਜੀ ਨਰੋਬੀ ਤੋਂ ਕਨੇਡਾ ਆਏ ਹਨ ਅਤੇ ਨਰੋਬੀ ਤੋਂ ਹੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਨਾਲ ਜੁੜੇ ਹੋਏ ਹਨ। ਨਰੋਬੀ ਸ਼ਰਮਾ ਜੀ ਦੀ ਸਾਈ ਨਰਸਰੀ ਸੀ ਅਤੇ ਪਾਤਸ਼ਾਹ ਜੀ ਇਹਨਾਂ ਦੀ ਨਰਸਰੀ ਵੀ ਜਾ ਕੇ ਬਿਰਖ ਬੂਟਿਆਂ ਦੀਆਂ ਕਿਸਮਾਂ ਗੁਣਾਂ ਸੰਬੰਧੀ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਿਆ ਕਰਦੇ ਸਨ। ਸੁਰੇਸ਼ ਸ਼ਰਮਾ ਜੀ ਦੇ ਸਪੁੱਤਰ ਰਜੇਸ਼ ਸ਼ਰਮਾ ਅਤੇ ਉਹਨਾਂ ਦੀ ਪਤਨੀ ਹਜ਼ੂਰ ਦੇ ਚਰਨ ਪਰਸ ਰਹੇ ਹਨ। ਸ਼ਾਮ ਦਾ ਦੀਵਾਨ ਅਤੇ ਨਿਤਨੇਮ ਕੈਲਗਰੀ ਦੇ ਹਿੰਦੂ ਟੈਂਪਲ ਦੇ ਮੁੱਖ ਹਾਲ ਵਿੱਚ ਹੋਇਆ। ਪੂਜਿਆ ਸਤਿਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਉਪਰੰਤ ਸਾਧ ਸੰਗਤ ਦੇ ਭਲੇ ਹਿੱਤ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ। ਨਵੰਬਰ 1998 ਆਸਾ ਦੀ ਵਾਰ ਦਾ ਕੀਰਤਨ ਹਜ਼ੂਰੀ ਰਾਗੀ ਸਵਨਵੰਤ ਸਿੰਘ ਜਸਵਿੰਦਰ ਸਿੰਘ ਨੇ ਉੱਤੇ ਉਹਨਾਂ ਦੇ ਘਰ ਹਾਲ ਵਿੱਚ ਹੀ ਕੀਤਾ। ਭੋਗ ਉਪਰੰਤ ਉਲੀਕੇ ਪ੍ਰੋਗਰਾਮ ਅਨੁਸਾਰ 55 ਸੀਟਰ ਲਗਜ਼ਰੀ ਕੋਚ ਆ ਪਹੁੰਚੀ। ਪ੍ਰੋਗਰਾਮ ਦੇ ਅਨੁਸਾਰ ਕੈਲਗਰੀ ਤੋਂ ਬਰੈਗ ਕ੍ਰੀਕ ਰੁਕਿਆ ਜਾਏਗਾ, ਜਿੱਥੇ ਸੋਧ ਦਾ ਜਲ ਲਿਆ ਜਾਏਗਾ। ਫਿਰ ਇਸ ਇਲਾਕੇ ਦੇ ਮਸ਼ਹੂਰ ਦਰਸ਼ਨੀ ਸਥਾਨ ਬੈਂਪ ਜਾਇਆ ਜਾਏਗਾ, ਉਹ ਤੋਂ ਬਾਅਦ ਲੇਕ ਲੂਈਜ਼, ਫਿਰ ਕੋਲੰਬੀਆ ਆਈਸ ਫੀਲਡ 'ਤੇ ਐਥਾਬਿਸਕਾ ਗਲੇਸ਼ੀਅਰ, ਐਥਾਬਿਸਕਾ ਫਾਲਸ। ਰਾਤ ਹੋਟਲ ਜਸਪਰ ਇਨ ਵਿੱਚ ਵਿਸ਼ਰਾਮ ਕੀਤਾ ਜਾਏਗਾ। 13 ਨਵੰਬਰ ਸਵੇਰੇ ਵਾਪਸੀ ਰਵਾਨਗੀ ਹੋਏਗੀ। ਥੋੜ੍ਹੀ ਦੇਰ ਲਈ ਐਡਸਨ ਰੁਕਿਆ ਜਾਏਗਾ, ਫਿਰ ਐਡਮਿੰਟਨ ਤੋਂ ਸ਼ਾਮ ਨੂੰ ਕੈਲਗਰੀ ਪਹੁੰਚਿਆ ਜਾਏਗਾ। ਸੁਹਾਵਣੀਆਂ ਵਾਦੀਆਂ ਵਿੱਚੋਂ ਲੰਘਦੇ ਤਕਰੀਬਨ ਅੱਧਾ ਘੰਟੇ ਦੇ ਸਫ਼ਰ ਬਾਅਦ ਕੋਚ ਬੈਰਾਗ ਕ੍ਰੀਕ ਦੇ ਕੰਢਿਆਂ 'ਤੇ ਰੁਕੀ ਹੈ ਅਤੇ ਲੰਗਰ ਪਾਣੀ ਲਈ ਸੋਧ ਦੇ ਜਲ ਦੇ ਡਰੰਮ ਭਰੇ ਜਾ ਰਹੇ ਹਨ। ਪਾਤਸ਼ਾਹ ਜੀ ਦੇ ਸੁਹਾਵਣੇ ਸੰਗਸਾਥ ਵਿੱਚ ਹਜ਼ੂਰ ਦੇ ਨਾਲ ਭਾਰਤ ਤੋਂ ਆਏ ਅਤੇ ਕਨੇਡਾ ਨਿਵਾਸੀ 25 ਸਰੀਰਾਂ ਨੂੰ ਸੁਭਾਗਾ ਸਫ਼ਰ ਕਰਨ ਦਾ ਮਾਣ ਮਿਲਿਆ।
ਸਮੁੰਦਰੀ ਤੱਟ ਤੋਂ 5194 ਫੁੱਟ ਦੀਆਂ ਉਚਾਈਆਂ 'ਤੇ ਬੈਂਪ ਦਾ ਦਰਸ਼ਨੀ ਸਥਾਨ ਹੈ। ਇੱਥੇ ਦੇ ਕੁਦਰਤੀ ਸੁਹੱਪਣ ਦੇ ਦ੍ਰਿਸ਼ਾਂ ਦਾ ਲਫਜ਼ਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ। ਉੱਪਰ ਅਸਮਾਨ ਨੂੰ ਛੋਹਦੀਆਂ ਅਤੇ ਬੱਦਲਾਂ ਤੋਂ ਉਤਾਂ ਸਲਫਰ ਮਾਊਂਟੇਨ ਦੀਆਂ ਚੋਟੀਆਂ 'ਤੇ ਜਾਣ ਲਈ ਕੰਡੋਲਾ ਲਿਫਟ ਬਣੀ ਹੋਈ ਹੈ, ਜਿਸ ਤੋਂ ਬਾਅਦ ਪੜਾਅ ਦਰ ਪੜਾਅ ਪੌੜੀਆਂ ਬਣਾ ਕੇ ਉੱਪਰ ਸਿਖਰ ਚੋਟੀ 'ਤੇ ਜਾਇਆ ਜਾਂਦਾ ਹੈ। ਇਹ ਲੇਕ ਲੂਈਜ਼ ਦੇ ਕੰਢੇ ਲੇਕ ਲੂਈਜ਼ ਹੋਟਲ ਹੈ, ਜਿੱਥੇ ਸਤਿਗੁਰੂ ਜੀ ਨਾਲ ਆਈਆਂ ਸੰਗਤਾਂ ਦੀ ਕੋਚ ਰੁਕੀ ਹੈ। 12 ਨਵੰਬਰ 1998 ਦੀ ਦੁਪਹਿਰ ਦਾ 1 ਵਜਿਆ ਹੋਇਆ ਹੈ ਅਤੇ ਟੈਂਪਰੇਚਰ ਇਸ ਵਕਤ -20 ਡਿਗਰੀ ਹੈ। ਲੇਕ ਲੂਈਜ਼ ਹੋਟਲ ਦੇ ਲਾਨ ਵਿੱਚ ਸਤਿਗੁਰੂ ਜੀ ਦੇ ਪਿਆਰੇ ਯਾਦਗਾਰੀ ਤਸਵੀਰਾਂ ਖਿਚਾ ਰਹੇ ਹਨ। ਕੈਨੇਡਾ ਵਿੱਚ ਸਿਆਲ ਦੇ ਦਿਨ ਬਹੁਤ ਹੀ ਛੋਟੇ ਹੁੰਦੇ ਹਨ। ਦੁਪਹਿਰ ਢਲਦਿਆਂ ਹੀ ਸੂਰਜ ਦੇਵਤਾ ਅਲਵਿਦਾ ਕਹਿਣ ਦੀਆਂ ਤਿਆਰੀਆਂ ਕਰਨ ਲੱਗ ਪੈਂਦਾ ਹੈ। ਦੁਪਹਿਰ ਦੇ 3:15 ਵਜੇ ਹਨ। ਹੁਣੇ ਹੁਣੇ ਸਾਡੀ ਲਗਜ਼ਰੀ ਕੋਚ ਰੁਕੀ ਹੈ। ਇਸ ਬਰਫ਼ਾਂ ਲੱਦੇ ਸਥਾਨ ਨੂੰ ਕੋਲੰਬੀਆ ਆਈਸ ਫੀਲਡ ਆਖਿਆ ਜਾਂਦਾ ਹੈ, ਜਿਸ ਵਿੱਚ 8 ਵੱਡੇ ਗਲੇਸ਼ੀਅਰ ਸਥਿਤ ਹਨ। ਇਹ ਗਲੇਸ਼ੀਅਰ ਪਿਛਲੇ 400 ਸਾਲਾਂ ਤੋਂ ਹੋ ਰਹੀ ਬਰਫ਼ਬਾਰੀ ਨਾਲ ਹੋਂਦ ਵਿੱਚ ਆਏ ਹਨ। ਸਾਡੀ ਕੋਚ ਐਥਾਬਸਕਾ ਗਲੇਸ਼ੀਅਰ ਦੇ ਪੈਰਾਂ ਵਿੱਚ ਰੁਕੀ ਹੈ। ਬਾਰੇ ਬਾਰੇ ਜਾਈਏ ਸਤਿਗੁਰੂ ਜਗਜੀਤ ਸਿੰਘ ਜੀ ਦੇ, ਜੋ ਰਾਹਾਂ 'ਤੇ ਨਹੀਂ ਤੁਰਦੇ, ਜੋ ਤੁਰਦੇ ਹਨ ਤੇ ਰਾਹ ਬਣਦੇ, ਜੁੱਗਾਂ ਤੋਂ ਕਾਫਲੇ ਆਉਂਦੇ ਇਹਦੇ ਸੱਚ ਦਾ ਗਵਾਹ ਬਣਦੇ। ਹਜ਼ੂਰ ਨੇ ਆਪਣੇ ਸਿੱਖ ਸੇਵਕਾਂ ਨੂੰ ਅੱਤ ਦੇ ਠੰਡੇ ਮੌਸਮ ਵਿੱਚ ਇਸ ਸਥਾਨ ਦਾ ਨਜ਼ਾਰਾ ਮਾਨਣ ਲਈ ਮਾਣ ਬਖਸ਼ਿਆ ਹੈ। 100 ਤੋਂ 150 ਕਿਲੋਮੀਟਰ 'ਤੇ ਵਗਦੀ ਤੇਜ਼ ਬਰਫੀਲੀ ਹਵਾ ਅਤੇ -20 ਡਿਗਰੀ ਟੈਂਪਰੇਚਰ 'ਤੇ ਸਤਿਗੁਰੂ ਜੀ 78 ਸਾਲ ਦੀ ਆਜੂ ਵਿੱਚ ਵੀ ਬਿਨਾਂ ਗਰਮ ਕੱਪੜੇ ਪਹਿਨੇ ਵਿਛੜ ਰਹੇ ਹਨ। ਇਹ ਫਿਲਮ ਵੇਖਣ ਵਾਲੇ ਵੀ ਮਹਿਸੂਸ ਕਰਨਗੇ ਕਿ ਹਜ਼ੂਰ ਨੇ ਕਿਵੇਂ ਆਪੇ ਨੂੰ ਸਾਧਿਆ ਹੋਇਆ ਹੈ। ਕੋਲੰਬੀਆ ਆਈਸ ਫੀਲਡ ਵਿੱਚ ਬਹੁਤ ਸਾਰੇ ਕੁਦਰਤੀ ਝਰਨੇ ਹਨ। ਚੂਨਾ ਪੱਥਰਾਂ ਦੇ ਪਰਬਤਾਂ 'ਚੋਂ ਹੁੰਦਾ ਹੋਇਆ ਗਲੇਸ਼ੀਅਰਾਂ ਦਾ ਬਰਫੀਲਾ ਨਿਰਮਲ ਜਲ ਐਥਾਬਸਕਾ ਦਰਿਆ ਦਾ ਰੂਪ ਧਾਰ ਲੈਂਦਾ ਹੈ। ਦਰਿਆ ਦਾ ਵਹਿਣ ਆਪਣੇ ਤੇਜ਼ ਬਹਾਅ ਨਾਲ ਚੂਨਾ ਪੱਥਰਾਂ ਵਿੱਚ ਹੀ ਲੰਘਦਾ ਹੋਇਆ ਕੁਦਰਤੀ ਚਿੱਤਰਕਾਰੀ ਦਾ ਅਨੁਪਮ ਫੋਟੋਜਨ ਅਤੇ ਮਨ ਨੂੰ ਮੋਹ ਲੈਣ ਵਾਲਾ ਦ੍ਰਿਸ਼ ਚਿੱਤਰਦਾ ਹੈ। ਤਕਰੀਬਨ 100 ਫੁੱਟ ਦੀ ਉਚਾਈ ਤੋਂ ਡਿੱਗ ਰਹੇ 150 ਫੁੱਟ ਚੜਾਈ ਵਾਲੇ ਇਸ ਵਿਸ਼ਾਲ ਜਲ ਆਵਾਸ਼ਾਰ ਨੂੰ ਐਥਾਬਸਕਾ ਫਾਲਸ ਕਿਹਾ ਜਾਂਦਾ ਹੈ। ਸਾਡੀ ਕੋਚ ਜਸਪਰ ਟਾਊਨ ਵਿੱਚ ਜਸਪਰ ਇਨ ਹੋਟਲ ਦੇ ਸਾਹਮਣੇ ਰੁਕੀ ਹੈ। ਸੇਵਕ ਰਿਛਪਾਲ ਸਿੰਘ ਜੀ, ਜਸਦਰ ਸੇਵਾ ਸਿੰਘ ਜੀ ਅਤੇ ਮਾਸਟਰ ਦਰਸ਼ਨ ਸਿੰਘ ਜੀ ਕੋਚ 'ਚੋਂ ਉੱਤਰ ਇਸ ਹੋਟਲ ਵਿੱਚ ਬੁੱਕ ਕਰਵਾਏ ਕਮਰਿਆਂ ਵਿੱਚ ਨਿਵਾਸ ਦਾ ਇੰਤਜ਼ਾਮ ਕਰਨਗੇ। ਸਰ ਜਸਪਿੰਦਰ ਸਿੰਘ ਜੀ ਨੇ ਉੱਤੇ ਹੋਰਾਂ ਦੀ ਸੁਪਤਨੀ ਬੀਬੀ ਰਾਣੀ ਆਪਣੀ ਸਾਥੀ ਬੀਬੀਆਂ ਨਾਲ ਪ੍ਰਸ਼ਾਦੇ ਦੇ ਆਹਰ ਵਿੱਚ ਹਨ। ਅੱਜ ਦੀ ਰਾਤ ਇਸ ਹੋਟਲ ਵਿੱਚ ਆਰਾਮ ਕੀਤਾ ਜਾਏਗਾ। ਮੌਸਮ ਵਿਭਾਗ ਨੇ ਖਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਹੈ। ਅੱਜ
ਅੱਜ 1998 ਦੇ ਨਵੰਬਰ ਦੀ 13 ਤਾਰੀਖ ਹੈ। ਜਸਪਰ ਇਨ ਹੋਟਲ ਨੂੰ ਅਲਵਿਦਾ ਕਹਿ ਕੇ ਸਾਡੀ ਕੋਚ ਐਡਮਿੰਟਨ ਦੇ ਰਾਹੀਂ ਚੱਲ ਪਈ ਹੈ। ਸੁਖ ਦਿੱਤੇ ਬਹੁਤ ਦਿੱਤੇ ਮਨ ਦੀ ਜਾਚ ਵੀ ਦੇਵੀ ਗਮਾਂ ਦੀ ਰਾਤ ਜੇ ਆਵੇ ਸੋਹਣੀ ਪ੍ਰਭਾਤ ਵੀ ਦੇਵੀ ਕੋਚ ਚੱਲਦਿਆਂ ਤਕਰੀਬਨ ਡੇਢ ਘੰਟਾ ਬੀਤ ਗਿਆ ਹੈ। ਹੁਣੇ ਹੁਣੇ ਕੋਚ ਇੰਡਸਨ ਟਾਊਨ ਦੇ ਇੱਕ ਸਥਾਨ 'ਤੇ ਰੁਕੀ ਹੈ। ਸਤਿਗੁਰੂ ਜੀ ਦਾ ਸੰਗ ਸਾਥ ਮਾਣ ਰਹੇ ਸਿੱਖ ਸੇਵਕਾਂ ਨੇ ਰਾਤ ਦੀ ਭਾਰੀ ਹੋਈ ਬਰਫ਼ਬਾਰੀ ਵੇਖਣਾ ਮਾਨਣ ਅਤੇ ਬਰਫ਼ ਨਾਲ ਅਠਖੇਲੀਆਂ ਕਰਨ ਲਈ ਅਰਜ਼ ਕੀਤੀ ਹੈ। ਬਾਹਰ ਦਾ ਟੈਂਪਰੇਚਰ -5 ਡਿਗਰੀ ਹੈ। ਰੂੰ ਵਰਗੀ ਭਰਪੂਰ ਪਈ ਦੁੱਧ ਚਿੱਟੀ ਬਰਫ਼ ਦੇ ਢੇਰ ਮਨ ਮਸਤਕ ਨੂੰ ਖੇੜਾ ਦੇ ਰਹੇ ਹਨ। ਇਹ ਖੁਸ਼ੀ ਕਈ ਗੁਣਾ ਵੱਧ ਗਈ ਜਾਪਦੀ ਹੈ ਜਦੋਂ ਸਤਿਗੁਰੂ ਜੀ ਵੀ ਨਾਲ ਨਵਾਜ ਰਹੇ ਨੇ। ਵੱਖ ਵੱਖ ਥਾਵਾਂ 'ਤੇ ਭਰਪੂਰ ਬਰਫ਼ ਦੇ ਢੇਰਾਂ ਵਿੱਚ ਤਸਵੀਰਾਂ ਲਈਆਂ ਜਾ ਰਹੀਆਂ ਹਨ। ਅਗਲਾ ਪੜਾਅ ਐਡਮਿੰਟਨ ਹੈ ਜਿੱਥੇ ਸਰ ਰਣਜੀਤ ਸਿੰਘ ਬਾਜਵਾ ਹੋਰਾਂ ਦੇ ਘਰ ਚਰਨ ਪਾ ਰਾਤ ਨੂੰ 1100 ਕਿਲੋਮੀਟਰ ਦਾ ਸਫ਼ਰ ਕਰ ਕੈਲਗਰੀ ਪਹੁੰਚਿਆ ਜਾਏਗਾ।
ਹੁਣੇ ਹੁਣੇ ਸਾਡੀ ਕੋਚ ਸ਼ਾਮੀ 5 ਵਜੇ ਵਾਪਸ ਕੈਲਗਰੀ ਪਹੁੰਚ ਗਈ ਹੈ। ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ, ਨਾਮ ਸਿਮਰਨ ਹੋਏਗਾ। ਸ਼ਾਮ ਦਾ ਨਿਤਨੇਮ ਅਤੇ ਕੀਰਤਨ ਹਿੰਦੂ ਮੰਦਿਰ ਕੈਲਗਰੀ ਵਿਖੇ ਹੋਇਆ। ਨਿਤਨੇਮ ਉਪਰੰਤ ਹਜ਼ੂਰੀ ਰਾਗੀਆਂ ਨੇ ਕੀਰਤਨ ਕੀਤਾ ਅਤੇ ਉਪਰੰਤ ਜਥੇਦਾਰ ਸੇਵਾ ਸਿੰਘ ਹੋਰੀ ਦੀਵਾਨ ਸਜਾਇਆ। ਕਿੰਨੀ ਤਪੱਸਿਆ ਕਰੀ ਜਾਏ, ਕਿੰਨਾ ਸਾਧਕ ਹੋਵੇ, ਕਿੰਨੀਆਂ ਸਾਧਨਾ ਕਰਦਾ ਹੋਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਦਇਆ ਬਿਨ ਸਿੱਧ ਕਸਾਈ। ਜੇ ਦਇਆ ਨਹੀਂ ਹਿਰਦੇ ਵਿੱਚ ਆਈ ਤੇ ਜਿੱਡਾ ਜਿੰਨਾ ਮਰਜ਼ੀ ਆ ਸਿੱਧ ਬਣਿਆ ਫਿਰੇ, ਉਹ ਕਸਾਈਆਂ ਦੇ ਬਰਾਬਰ। ਅੱਜ 1998 ਦੇ ਨਵੰਬਰ ਦੀ 14 ਤਾਰੀਖ ਹੈ। ਹੁਣੇ ਹੁਣੇ ਸੱਜ ਸੁਪਿੰਦਰ ਸਿੰਘ ਨਿਯੋਤਾ ਹੋਰਾਂ ਦੇ ਗ੍ਰਹਿ ਵਿਖੇ ਲੱਗੀ ਆਸਾ ਦੀ ਵਾਰ ਦਾ ਭੋਗ ਪਿਆ ਹੈ। ਅਰਦਾਸ ਉਪਰੰਤ ਪਾਤਸ਼ਾਹ ਜੀ ਅਤੇ ਹਜ਼ੂਰ ਦੇ ਨਾਲ ਆਏ ਸਿੱਖ ਸੇਵਕ ਬੈਨਕੂਵਰ ਜਾਣ ਵਾਸਤੇ ਏਅਰਪੋਰਟ ਲਈ ਰਵਾਨਾ ਹੋ ਰਹੇ ਹਨ, ਕਿਉਂਕਿ ਅਜੇ ਬੈਨਕੂਵਰ ਦੀ ਉਡਾਣ ਲਈ ਵਕਤ ਹੈ। ਸੰਗਤਾਂ ਦੀ ਕਾਮਨਾ ਹੈ ਕਿ ਹਜ਼ੂਰ ਦੇ ਰੱਬੀ ਦੀਦਾਰ ਉਹਨਾਂ ਦੇ ਹਿਰਦਿਆਂ ਨੂੰ ਅਜੇ ਹੋਰ ਸੁੱਖ ਦੇਣ। ਪਾਤਸ਼ਾਹ ਜੀ ਮਿਹਰ ਦੇ ਘਰ ਆਏ ਹਨ। ਉਸ ਵੇਲੇ ਉਹ ਮੂੰਹ ਚਾਹੀਦਾ, ਉਹ ਮੂੰਹ ਜਾਵੇਗਾ ਤੇ ਜਿਸ ਲਿਫਾਫੇ ਦੇ ਉੱਤੇ ਐਡਰੈਸ ਲਿਖਿਆ ਹੋਇਆ ਫਲਾਣਾ ਸਿੰਘ ਫਲਾਣਾ ਬਾਜ਼ਾਰ ਫਲਾਣਾ ਦੇ, ਉਹ ਲਿਫਾਫੇ ਨੂੰ ਉਹ ਜਿਹੜਾ ਨਾਂ ਹੈ ਨਾ ਉਹ ਲਿਖ ਉਹਦੇ ਕੋਲ ਲੈ ਜਾਵੇ। ਇਸੇ ਤਰ੍ਹਾਂ ਇਹ ਨਾਮ ਵੀ ਜਿਹੜਾ ਨਾ ਉਸ ਲਈ ਕੋਈ ਐਸੀ ਗੱਲ ਹੋਵੇ, ਉਹ ਨਾਮ ਫਿਰ ਤਕਰਾਂ ਚਰਨਾਂ 'ਚ ਜਾਏਗਾ, ਬਾਹਰ ਨਹੀਂ ਜਾਂਦਾ। ਤੁਸੀਂ ਦੇਰਿਆ ਕਰੋ ਭਾਅ ਜੀ, ਦੇ ਦਿਓ ਤੂੰ ਜਿਹਨਾਂ ਦੇਰਿਆ ਕਰ ਬੀਬੀਆਂ ਦੇ ਦਿਆ ਕਰੇ ਇਸ ਤਰ੍ਹਾਂ ਹੀ ਸੋਚ ਛੱਡ ਦਿਓ। ਭਜਨ ਲੈ ਲਓ, ਭਜਨ ਕਰੇ ਹੋਏ ਅਰਦਾਸ ਤੁਹਾਨੂੰ ਯਾਦ ਕਰਾਉਣਗੇ। ਅਰਦਾਸ ਜਿਸ ਤਰ੍ਹਾਂ ਆਪਣੀ ਉਸ ਤਰ੍ਹਾਂ ਕਰਨੀ ਕਿ ਕੌਣ ਦੱਸੋ ਜੀ ਤੁਹਾਨੂੰ। ਅੱਛਾ, ਭਜਨ ਦੇਣਾ Thank you.
ਬਾਅਦ ਸਾਰੇ ਇਕੱਠੇ ਹੋ ਜਾਂਦੇ। ਇੱਕ ਤੁਹਾਡੇ ਨਾਲ ਗੱਲ ਕਰਨੀ, ਵਿਹਾਰ ਚੰਗਾ ਹੋਣਾ, ਵਿਹਾਰ ਮਾੜਾ ਹੋਣਾ, ਨੇਕਨਾਮੀ ਅਤੇ ਬਦਨਾਮੀ ਤਾਂ ਨਾਲ ਚੱਲਦੀ ਹੈ। ਇੱਧਰ ਇੱਧਰ ਇੰਨਾ ਧਿਆਨ ਨਹੀਂ ਦੇਣਾ, ਇਹ ਰੂਟੀਨ ਸਮਝਣ। ਤੁਹਾਡੇ ਮਨ 'ਚ ਇਮਾਨਦਾਰੀ ਹੈ, ਤੁਹਾਨੂੰ ਕੋਈ ਕੁਛ ਆਖੀ ਜਾਏ, ਤੁਹਾਨੂੰ ਕੋਈ ਆਖੀ ਜਾਏਗਾ ਕੋਈ ਬੰਦਾ ਨਹੀਂ, ਕੋਈ ਜਨਾਨੀ ਹੈ, ਜਨਾਨੀ ਦੇ ਬਣ ਨਹੀਂ ਜਾਣਾ, ਪਰ ਉਹਦੀ ਗੱਲ 'ਤੇ ਗੁੱਸਾ ਨਹੀਂ ਕਰਨਾ, ਆਪਣਾ ਨਾਮ ਸੁਣਨ ਵਾਲੇ ਪਾਸੇ ਧਿਆਨ ਦੇਣਾ। ਦੇਖੋ ਹਵਾਈ ਜਹਾਜ਼ ਦੇ ਵਿੱਚ ਇੱਕ ਮਿੰਟ ਲੱਗਾ ਹੁੰਦਾ ਜਿਹੜਾ ਡਾਇਰੈਕਸ਼ਨ ਫਾਈਂਡਰ ਹੁੰਦਾ, ਅਤੇ ਉਹ ਉਹਦੇ ਸੈੱਟ ਕਰ ਦਿੰਦੇ ਨੇ ਕਿ ਨੌਰਥ ਈਸਟ ਈਸਟ ਵੈਸਟ ਅਤੇ ਜਾਣਾ ਉਹਨੂੰ ਸੈੱਟ ਕਰ ਦਿੰਦਾ। ਫਿਰ ਉਹ ਸੈੱਟ ਹੋ ਜਾਂਦਾ ਨਾ, ਅਤੇ ਜਹਾਜ਼ ਹੋ ਗਏ ਤਾਂ ਆਪਣੇ ਆਪ ਤੁਰਿਆ ਜਾਂਦਾ। ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਹਵਾ ਆ ਕੇ ਡ੍ਰਿਫਟ ਕਰ ਦਿੰਦੀ ਹੈ, ਉਹ ਜਿਹੜਾ ਮੂੰਹ ਸਿੱਧਾ ਰਹੇਗਾ ਨਾ, ਦੇਰ ਤਾਂ ਲੱਗੇਗੀ ਜਾਏਗਾ ਉੱਥੇ। ਜਿਹੜਾ ਆਦਮੀ ਜੰਮਿਆ ਉਹਨੇ ਮਰਨਾ ਹੀ ਮਰਨਾ, ਉਹਨੂੰ ਸਮਝ ਲੈਣਾ ਚਾਹੀਦਾ। ਇਹ ਵੀ ਰੂਟੀਨ ਹੈ, ਘਰ 'ਚ ਕਈ ਵਾਰ ਬੱਚਾ ਜਾਂਦਾ ਬਹੁਤ ਖੁਸ਼ ਹੁੰਦਾ, ਬੱਚੇ ਨੇ ਜਨਮ ਲੈਣਾ ਹੀ ਉਹਦੇ ਖੁਸ਼ ਹੋਣ ਦੀ ਲੋੜ ਹੈ, ਅਤੇ ਜਦੋਂ ਮਰ ਗਿਆ ਫਿਰ ਦੁਖੀ ਹੁੰਦਾ। ਜੇ ਇਹ ਦੁੱਖ ਅਤੇ ਸੁੱਖ ਤੋਂ ਬਚਣਾ ਝਗੜੇ ਦੋਵਾਂ ਪਾਸੇ। ਇੱਕ ਆਪਣਾ ਨਾਮ ਧਾਰੀ ਸੀ ਅਜੀਤ ਗੁਰਦੁਆਰੇ, ਉਹ ਉੱਥੇ ਵਿਆਹ ਕਰਾਉਣ ਵਾਲੇ ਜੀ ਆ ਗਏ, ਅਤੇ ਉਹਨਾਂ ਨੇ ਨਾ ਵਿਆਹ ਕਰ ਦਿੱਤਾ, ਉਹਨਾਂ ਨੇ ਵਿਆਹ ਕਰਕੇ ਪੈਰਾਂ ਪਾਣੀ ਚੁਕਾ ਕੇ ਫਿਰ ਉਹਨਾਂ ਨੂੰ ਆਖਿਆ ਵੀ ਮੇਰਾ ਇੱਕ ਕੰਮ ਕਰ ਜਾਇਆ। ਉਹਨਾਂ ਕਿਹਾ ਕੀ ਕੰਮ? ਉਹਨਾਂ ਨੇ ਰਾਤ 12 ਵਜੇ ਦਾ ਮੇਰਾ ਮੁੰਡਾ ਚੜ੍ਹਾਈ ਕਰਕੇ ਉਹਦਾ ਸੰਸਕਾਰ ਕਰਾ ਲਿਆ। ਉਹਨੂੰ ਸਭ ਪੁੱਛੇ ਮੈਂ ਤਾਂ ਜਾਣ ਵਾਲੇ ਜਾਣਾ ਸੀ, ਮੈਂ ਤੁਹਾਡੇ ਕੰਮ 'ਚ ਕੋਈ ਭਾਗ ਪਾਉਣੀ ਸੀ। ਮਤਲਬ ਇਸ ਤਰ੍ਹਾਂ ਦੇ ਆਦਮੀ ਨੂੰ ਸਾਈਕਲ 'ਤੇ ਇੱਕ ਅੱਗੇ 6 ਪਹੀਆ ਹੁੰਦਾ, ਆਦਮੀ ਮੰਨਦਾ ਨਹੀਂ ਕਿ ਕਿਸ ਤਰ੍ਹਾਂ ਚੇਕ ਕਰੇਗਾ, ਲੇਕਿਨ ਮਿਹਨਤ ਕਰਨੀ ਉਹ ਸਭ ਨੂੰ ਕਰ ਦਿੰਦਾ। ਇਹ ਬੈਲੈਂਸ ਕਰਨਾ ਉਹਨਾਂ ਦੀ ਦੁੱਖ ਅਤੇ ਸੁੱਖ ਨੂੰ, ਇਹਨਾਂ ਨੂੰ ਕਈ ਵੇਸਟ ਪੇਪਰ ਵਾਸਤੇ ਖੁੱਲ੍ਹ ਜਾਣਾ, ਇਹਨਾਂ ਦੇ ਲਈ ਧਿਆਨ ਰੱਖਣਾ, ਭਜਨ ਕਰਨਾ, ਸਭਨਾਂ ਦਾ ਧਿਆਨ ਕਰਕੇ ਇਸ ਗੱਲ ਅਤੇ ਮੈਂ ਇਹਨਾਂ ਨੂੰ ਆਖਿਆ ਵੀ ਇਹ ਦੋਵੇਂ ਜਾਣੇ ਨਾ ਭਜਨ ਜਾ ਕੇ ਕਿਉਂਕਿ ਲੋੜ ਹੋ ਗਿਆ ਦਸ ਕੇ ਸਾਰੀ ਗੱਲ ਭਜਨ ਕਰੀ। ਕਿਸਾਨ ਹੈ ਕੱਪੜੇ ਦੇ, ਅਤੇ ਕੱਪੜੇ ਦੇ ਖਰੀਦਦਾਰ 5-7 ਬੰਦੇ ਆ ਜਾਂਦੇ ਨੇ, ਦੁਕਾਨਦਾਰ ਦਾ ਕੰਮ ਹੈ ਉਹ ਕੱਪੜਾ ਆ ਵੀ ਸੁਣ ਦਿੰਦਾ, ਉਹ ਵੀ ਸੁਣ ਦਿੰਦਾ, ਪੰਜਾਬੀ ਸੁਣ ਬਾਹਰ ਦੀ ਮਰਜ਼ੀ ਹੈ ਕੋਈ ਕੱਪੜਾ ਲੈ ਜਾਵੇ ਲੈ ਜਾਵੇ, ਨਹੀਂ ਤਾਂ ਆਪਣਾ ਸਾਨੂੰ ਇਸ ਗੱਲ ਦਾ ਨਹੀਂ ਵੀ ਤੂੰ ਲੈਂਦਾ, ਲੇਕਿਨ ਸਾਡਾ ਕੰਮ ਬਣਦਾ ਵੀ ਜਿਹੜੇ ਆਏ ਹਾਂ ਸੈਰ ਕਰਨ ਵਾਸਤੇ ਨਹੀਂ ਆਏ, ਇਹਦੇ ਵਾਸਤੇ ਆਏ ਹਾਂ ਵੀ ਮਾਲ ਜਿਹੜਾ ਸੈਟਲ ਪੈ ਜਾਵੇ, ਇਸ ਸੰਸਾਰ ਨੂੰ ਜਦ ਜਾਣਾ ਤਾਂ ਇੱਥੇ ਵੀ ਸੁੱਖ ਤੇ ਅੱਗੇ ਵੀ ਸੁੱਖ ਹੈ। ਇੱਕ ਕਾਸ਼ੀ ਦਾ ਰਾਜਾ ਹੋਇਆ ਵੀ ਪੁਰਾਣੀ ਗੱਲ, ਉਹਦਾ ਕੋਈ ਓਪਰੇਸ਼ਨ ਕਰਨ ਲੱਗੇ, ਸੁਭਾਅ ਲਈ ਹੈ ਜਾਂ ਨਾ ਕਿ ਕੋਈ ਹੋਣਾ, ਮੈਨੂੰ ਕੀਤਾ ਲਿਆ ਦਿਓ ਪਤਾ ਨਹੀਂ ਕੀ ਕਿਤਾਬ ਲਿਖੀ ਹੈ, ਉਹ ਪੜ੍ਹਦਾ ਰਿਹਾ, ਉਹਨਾਂ ਨੇ ਓਪਰੇਸ਼ਨ ਕਰ ਦਿੱਤਾ, ਮਨ ਲੱਗਿਆ ਨਾ ਜਿੱਥੇ। ਅਤੇ ਇੱਕ ਇਹ ਗੱਲ ਹੈਗੀ ਕਿ ਕਈ ਵਾਰ ਕਈ ਬੰਦੇ ਆਉਂਦੇ ਨੇ ਕਿ ਇਹ ਨਾਮ ਅਤੇ ਜੱਬੀ ਦਾ ਮੈਂ ਮਨ ਨਹੀਂ ਲੱਗਦਾ ਨਾ ਲੱਗੇ, ਇਹ ਜਪਣਾ ਜ਼ਰੂਰ, ਜਿਸ ਤਰ੍ਹਾਂ ਅਸੀਂ ਘਰ ਵਿੱਚ ਰੋਟੀ ਖਾਂਦੇ ਚਾਲੀ ਯੁੱਗੇ ਦੇ ਸਿਰ ਸਾਫ ਕੀਤਾ, 40 ਯੁੱਗ ਥੋੜੇ ਨਹੀਂ ਹੁੰਦੇ, ਅਤੇ ਉਹਨਾਂ ਨੇ ਇਹ ਚੀਜ਼ ਲਿਆ ਕੇ ਸਾਨੂੰ ਦਿੱਤੀ, ਸਾਨੂੰ ਰਾਮ ਸਿੰਘ ਦੂਜੇ ਪਾਸ ਜਾ ਆਪਣਾ ਹਿਰਦਾ ਕਰਕੇ ਦਿੱਤਾ। ਜਿਹੜਾ ਆਖੇ ਲੱਗੇ ਆਖੋ, ਕਿੰਨਾ ਕੁ ਆਖੇ ਲੱਗਦਾ ਉਸਦੀ ਗੱਲ ਹੈ, ਤਾਂ ਸਾਡਾ ਕੰਮ ਬਣਦਾ ਹੈ ਭਾਵ। ਇੱਕ ਜਿਹੜਾ ਜਿਹੜੇ ਮਾਲ ਖਾਂਦੇ ਨੇ ਨਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਜਨਮ ਲਿਆ ਕਿ ਸਾਡੇ ਵਿੱਚ ਸਾਡੇ ਬਾਪ ਦਾਦਾ ਕੋਈ ਭੈੜੇ ਕੰਮ ਕਰਕੇ ਕੁੱਕੜ ਬਣ ਗਿਆ, ਕੋਈ ਬੱਕਰਾ ਬਣ ਗਿਆ, ਜਿਹੜੀ ਉਹਨੂੰ ਮਾਰੀ ਜਾ ਸਭ ਤੋਂ ਪਤੰਗ ਹੋਈ ਕਰ ਰਹੀ ਨਹੀਂ ਅੱਖਾਂ ਨਹੀਂ, ਅਤੇ ਇਹ ਇਸ ਬਾਅਦ ਵੀ ਚੜ੍ਹਨਾ ਨਹੀਂ ਸੀ। ਅਤੇ ਦੂਸਰਾ ਇਹਦਾ ਬਦਲਾ ਲੈਣਾ ਦੇਣਾ ਪੈਂਦਾ, ਬਦਲਾ ਜਿਹੜਾ ਨਾ ਇੱਥੇ ਦੀ ਸਰਕਾਰ ਜਿਹੜੀ ਹੈ ਇਹ ਇੱਥੇ ਵੀ ਕਰਦੇ ਨਾ ਸਾਡੀ ਨਹੀਂ ਕਰਦੇ, ਲੇਕਿਨ ਅਗਲੀ ਸਰਕਾਰ ਬਹੁਤ ਤਗੜੀ ਹੈ,
ਉੱਥੇ ਨਹੀਂ ਲਿਆ ਜਾਂਦਾ, ਉੱਥੇ ਵੀ ਬਦਲਾ ਲੈਣਾ ਪੈਣਾ। ਪਰ ਜਿਹੜੇ ਭਜਨ ਕਰਨ ਲੱਗ ਪਏ ਉਹਨਾਂ ਦੇ ਪਾਪ ਕੀਤੇ ਵੀ ਜਾਂਦੇ, ਧਰਮਰਾਜ ਦੇ ਲਿਖੇ ਪਾਠ ਜਾਂਦੇ, ਪਰ ਇਸ ਪਾਸੇ ਤੁਰਨਾ ਜਾਂਦਾ। ਹਰ ਇੱਕ ਦਾ ਜਿਹੜੇ ਇੱਥੇ ਨੂੰ ਆਉਂਦੇ ਨੇ ਦੇਸ਼ ਛੱਡ ਕੇ, ਸਾਰੇ ਵੀ ਕਾਮਯਾਬ ਨਹੀਂ ਹੁੰਦੇ, ਕਈ ਵਾਪਸ ਜਾਂਦੇ ਨੇ, ਪਰ ਦੂਜੇ ਛੱਡਦੇ ਜਾਂਦੇ ਉਹ ਨਹੀਂ, ਮੈਂ ਜਾਵਾਂਗਾ। ਕਿਸੇ ਤਰ੍ਹਾਂ ਭਜਨ ਕਰਨ ਵਾਲਿਆਂ ਨੇ ਵੀ ਇਸ ਪੁੱਛਣਾ ਕੋਈ ਮੈਨੂੰ ਕਾਮਯਾਬ ਕਿਸੇ ਨੂੰ ਨਹੀਂ, ਮੈਂ ਕਾਮਯਾਬ ਹੋਵਾਂਗਾ ਜੀ। ਹਰ ਗੱਲ ਤੋਂ ਨਾ ਸਾਰੂ ਪਾਸ ਦਿੱਤਾ। ਇੱਕ ਆਦਮੀ ਸੀ, ਆਪਣਾ ਨਾਮ ਤਾਂ ਦਿੱਤੇ ਬੰਤਾ ਸਿੰਘ ਦਾ ਨਾਮ, ਉਹ ਆਪਣੇ ਭਰਾਵਾਂ ਨਾਲ ਝਗੜਾ ਹੋ ਗਿਆ ਉਹਨਾਂ ਦੇ, ਭਰਾ ਥੋੜ੍ਹੇ ਖੁੱਲ੍ਹੇ ਵਿਚਾਰਾਂ ਦੇ ਸਨ। ਉਹਨੇ ਆਖਿਆ ਤੂੰ ਹਰੇ ਕਿਵੇਂ ਮਰਨਾ ਹੈ ਜਿਸ ਤਰ੍ਹਾਂ ਪੰਜਾਬੀ ਆਦਮੀ ਨੇ? ਉਹਦਾ ਮੈਂ ਸਗੁਰ ਪ੍ਰਤਾਪ ਸਿੰਘ ਦਾ ਸਿੱਖ ਹਾਂ, ਮੈਨੂੰ ਪਤਾ ਮੈਂ ਕਿਵੇਂ ਮਰਨਾ। ਟਾਈਮ ਲੰਘ ਗਿਆ, ਜਦੋਂ ਇਹਦਾ ਸਮਾਂ ਆਇਆ ਉਹਨੇ ਪ੍ਰਤਾਪ ਦੇ ਸਭ ਇਕੱਠੇ ਕਰ ਲਏ। ਮੈਂ ਕਿਹਾ ਤੁਹਾਡੇ ਨਾਲ ਗੱਲ ਕੀਤੀ ਸੀ ਮੈਨੂੰ, ਮੈਂ ਹੁਣ ਮੈਨੂੰ ਮਰ ਲੱਗਾ, ਮੇਰੇ ਪਿੱਛੇ ਰੋਇਓ ਨਾ। ਇਹ ਆ ਕੇ ਉਹਨੂੰ ਸਰੀਰ ਛੱਡ ਦਿੱਤਾ। ਕੁਛ ਸਮੇਂ ਬਾਅਦ ਇੱਕ ਭਰਾ ਜਾਂ ਭਰਜਾਈ ਵਾਪ ਆਏ, ਜਦੋਂ ਲੜਾਈ ਕਰਨ ਤੋਂ ਬਾਅਦ ਉਹਨੇ ਰੋਣਾ, ਉਹਨਾਂ ਨੂੰ ਬਾਕੀ ਜਿਹਨੂੰ ਪਤਾ ਸੀ ਉਹ ਪਿੱਛੋਂ ਆਇਆ ਇੱਕ ਬੰਦਾ, ਉਹਨੇ ਰੋਣਾ ਸ਼ੁਰੂ ਕਰ, ਉਹ ਵਿਪਨ ਜੀ ਮਰਿਆ ਪਿਆ ਉੱਠ ਕੇ ਬਹਿ ਗਏ। ਉਹਨੇ ਆਖਿਆ ਮੈਂ ਬੜੇ ਪਾਪ ਰਾਹ ਜਾ ਰਿਹਾ ਸੀ, ਜਦੋਂ ਤੁਸੀਂ ਰੋਏ ਹੋ ਨਾ ਤਾਂ ਮੇਰੇ ਇੰਨੀ ਲੰਮੀ ਮੇਰੇ ਪੈਰ ਤੂੰ ਚੁੱਕੀ, ਤੁਹਾਨੂੰ ਆਖਿਆ ਸੀ ਬੱਚੇ ਰੋਇਆ ਨਾ ਮੇਰੇ। ਅਤੇ ਇਹ ਸਾਡੇ ਫਾਇਦੇ ਵਾਸਤੇ ਸਗੁਰਾਂ ਬਾਣੀ 'ਚ ਲਿਖਿਆ, ਬਸ ਮੈਂ ਪਿੱਛਾ ਕੋਈ ਰੋਸ ਨਹੀਂ ਸਗੁਰਾਂ ਨੂੰ ਆ ਸਗੁਰੂ ਰਾਮ ਸਿੰਘ ਉੱਚੇ ਪਾਤਸ਼ਾਹ ਨੇ ਆਪਣੇ ਗੁਰਨਾ ਵਿੱਚ ਲਿਖਿਆ ਬਈ ਪੁਰਾਣੀ ਸਰੀਰ ਛੱਡ ਜਾਏ ਉਹਦੇ ਪਿੱਛੇ ਰੋਣਾ ਪਿੱਟਣਾ ਨਹੀਂ। ਇੱਕ ਤਾਂ ਪਰਮੇਸ਼ੁਰ 'ਤੇ ਬੇਨਤੀ ਹੁੰਦੀ ਹੈ, ਪਰਮੇਸ਼ੁਰ 'ਤੇ ਬੇਨਤੀ ਇਸ ਤਰ੍ਹਾਂ ਹੁੰਦੀ ਹੈ ਨਾ, ਇੱਕ ਪਰਮੇਸ਼ੁਰ ਨੇ ਬੰਦਾ ਬਣਾ ਕੇ ਰੱਖ ਦਿੱਤਾ ਅਤੇ ਉਹ ਬੰਦੇ ਨੂੰ ਪਰਮੇਸ਼ੁਰ ਲੈ ਗਿਆ। ਅਤੇ ਅਸੀਂ ਐਵੇਂ ਰੋਂਦੇ ਹਾਂ ਵੀ ਸਾਡਾ ਬੰਦਾ ਜਾਏ, ਸਾਡਾ ਤਾਂ ਹੈ ਹੀ ਨਹੀਂ, ਉਹ ਪਰਮੇਸ਼ੁਰ ਨੇ ਲੈਂਦਾ। ਤੁਹਾਨੂੰ ਪਤਾ ਵੀ ਨਾ ਮੁੰਡੇ ਨਾ ਕੁੜੀਆਂ ਆਪਣੀ ਮਰਜ਼ੀ ਨਾਲ ਨਹੀਂ ਆਉਂਦੇ, ਪਰਮੇਸ਼ੁਰ ਦੀ ਮਰਜ਼ੀ ਨਾਲ ਆਉਂਦੇ। ਕਿੰਨੀਆਂ ਚਿੜੀਆਂ, ਕਿੰਨੇ ਕਾਂ, ਕਿੰਨੀਆਂ ਗਾਈਆਂ, ਕਿੰਨੇ ਬੈਲ, ਉਹ ਸਭ ਉਹਦੀ ਮਰਜ਼ੀ ਨਾਲ ਆ ਰਹੇ। ਇਹਦੀ ਸਾਇੰਸ ਵਧੀ ਹੈ, ਕੰਟਰੋਲ ਨਹੀਂ ਕਰ ਸਕੀ। ਅਤੇ ਇੱਕ ਤਾਂ ਪਰਮੇਸ਼ੁਰ ਦੇ ਬੈਠ, ਦੂਸਰਾ ਰੋਣ ਅਤੇ ਸੀੜ ਦਾ ਪਾਣੀ ਉਸ ਪ੍ਰਾਣੀ 'ਤੇ ਡਿੱਗਦਾ। ਉਹ ਕਹਿੰਦਾ ਵੀ ਹੇ ਅਕਾਲ ਪੁਰਖ, ਕਹਿੰਦਾ ਕੋਈ ਹੋਰ ਮਰੇ ਅਤੇ ਮੇਰਾ ਪਿੱਛਾ ਚੱਲੇ, ਜਿਹਦੇ ਵਾਸਤੇ ਰੋਂਦੇ ਹਾਂ ਉਹ ਔਖਾ ਹੁੰਦਾ। ਪਰ ਇਹ ਇਹਨਾਂ ਸਾਰੀਆਂ ਗੱਲਾਂ ਤੋਂ ਅਸਾਂ ਭਜਨ ਪੁੱਛ ਕੇ ਨਾਮ ਘਰੇ ਬਣ ਕੇ ਇਸ ਰਾਹ ਦੇ ਉੱਤੇ ਚੱਲਣਾ, ਇਹਨਾਂ ਕੋਲ ਬਚਣਾ, ਦੁੱਖ ਅਤੇ ਸੁੱਖ ਦੁਆਤ ਬਚ ਕੇ ਜਾਣਾ। ਬਹੁਤ ਜਦੋਂ ਦੁੱਖ ਹੋਵੇ ਆਦਮੀ ਬਾਣੀ ਤੋਂ ਗੁਰੀਏ, ਜਦ ਤੱਕ ਭਾਵ ਹੈ ਤਦ ਗਰਮ ਕਰਦੇ, ਚਾਰ ਪੈਸੇ ਆ ਗਏ ਨੇ ਤਾਂ ਫਿਰ ਬੜਾ ਆਦਮੀ ਖੁੱਲ੍ਹ ਜਾਂਦਾ, ਅਤੇ ਚਲੇ ਜਾਂਦੇ ਤੁਹਾਨੂੰ ਲੱਗ ਜਾਂਦਾ। ਠੀਕ ਹੈ, ਦੁਆ ਤੋਂ ਬਾਅਦ ਭਜਣਾ ਕਰ।
ਪਹਿਲਾਂ ਨਿਕਲ ਗਿਆ ਅਤੇ ਇੱਕ ਬੈਲੋਰ ਨਾਂ ਦਾ ਗੀਤ ਉਹ ਭਜਨ ਕਰਦਾ ਕਰਦਾ ਨਾ ਆਪਣੇ ਦਾ ਮਨ ਖੁਦਾ ਮਨ ਖੁਦਾ ਲਾ ਮਨ ਖੁਦਾ ਮੈਂ ਖੁਦਾ ਹਾਂ ਮੈਂ ਖੁਦਾ ਅਤੇ ਗੁਰੂ ਮਹਾਰਾਜ ਨੇ ਬੜੀ ਠੀਕ ਦੀ ਗੱਲ ਵੀ ਪਤਾ ਖੁਦਾ ਅਤੇ ਉਹਨਾਂ ਨੇ ਕਿਹਾ ਜਨਾਬ ਤੁਸੀਂ ਇਹ ਬੜਾ ਵਧੀਆ ਕੀ ਕੀਤਾ ਮੇਰੀ ਕੀ ਵਜ੍ਹਾ ਉਹਨਾਂ ਨੇ ਭਜਿਆ ਗੁਰੂ ਨੇ ਗੱਲ ਆਖ ਨਾ ਜਿਵੇਂ ਮੈਂ ਜਦੋਂ ਆਉਣਾ ਆਖਿਆ ਨਾ ਤੇਰੇ ਗੱਲ ਆ ਦਿੱਤੀ ਅਤੇ ਫਿਰ ਜਦੋਂ ਆਪਣੇ ਉਸ ਬਦਲ ਗਿਆ ਉਹਨੇ ਫਿਰ ਆਖਿਆ ਅਤੇ ਫਿਰ ਜਦੋਂ ਇਸ ਬਾਅਦ ਜਦੋਂ ਖਰਾਬ ਹੋਇਆ ਫਿਰ ਉਹਨੇ ਪੁੱਛਿਆ ਜੀ ਮੈਂ ਆਖਿਆ ਜੀ ਅੱਗੇ ਉਹਨੂੰ ਇਹ ਜਦੋਂ ਮੈਂ ਆਖਿਆ ਜੀ ਉਦੋਂ ਵੀ ਉੜਿਆ ਜੀ ਤਾਂ ਪੁੱਛਿਆ ਆ ਕੇ ਇਹਨਾਂ ਅੱਗੇ ਆਖਿਆ ਜੀ ਫਿਰ ਵੀ ਉਹਦੀ ਤਲਵਾਰ ਮਾਰ ਕੇ ਇੱਥੇ ਨਿਕਲ ਜਾਂਦੀ ਤਲਵਾਰ ਮਾਰ ਕੇ ਇੱਥੇ ਨਿਕਲ ਜਾਂਦੀ ਇਹਦੀ ਗਾਲੋ ਦੇ ਦਿੰਦਾ ਫਿਰ ਮੈਂ ਨਹੀਂ ਕਦੇ ਬੁਲਾਈ ਉੱਥੇ ਰਿਆਦਾ ਨਹੀਂ ਕਰਦੇ ਜਾਂਦਾ ਜਿਹੜਾ ਹਜ਼ੂਰ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਕੋਲੰਬੀਆ ਆਈਸਫੀਲਡ, ਰੌਕੀ ਮਾਊਂਟੇਨ, ਐਥਾਵੈਕਸਾ ਗਲੇਸ਼ੀਅਰ ਅਤੇ ਫਾਲਸ, ਇਹ ਸਭ ਉਸ ਕਾਦਰ ਦੀ ਕੁਦਰਤ ਦਾ ਪਸਾਰਾ ਏਡਾ ਸੋਹਣਾ ਲੱਗਾ ਕਿ ਪਾਤਸ਼ਾਹ ਜੀ ਨੇ ਕੇਵਲ 6 ਮਹੀਨਿਆਂ ਬਾਅਦ ਹੀ ਮਈ 1999 ਵਿੱਚ ਫਿਰ ਕਨੇਡਾ ਦੀ ਸੰਗਤਾਂ ਨੂੰ ਨਿਵਾਜਿਆ, ਜਿਹਦੀ ਇਤਿਹਾਸਕ ਡਾਕੂਮੈਂਟਰੀ ਬਹੁਤ ਜਲਦੀ ਹੀ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ।